ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸਵਾਗਤ। ਅੱਜ ਇੱਕ ਬੜਾ ਅਹਿਮ ਵਿਸ਼ਾ ਕਿ ਪੰਜਾਬ ਦੇ ਵਿੱਚ ਜਿਹੜੀ STF ਬਣੀ ਸੀ, ਕਮੇਟੀ ਬਣੀ ਸੀ, ਜਾਂਚ ਕਮੇਟੀ ਬਣੀ ਸੀ, STF ਬਣੀ ਸੀ 1/2/2018 ਨੂੰ, ਜਿਹੜੀ ਕਿ ਨਸ਼ਿਆਂ ਦੇ ਇਸ਼ੂ ਨੂੰ ਲੈ ਕੇ ਬਣੀ ਸੀ, ਡਰੱਗ ਦੇ ਇਸ਼ੂ ਨੂੰ ਲੈ ਕੇ ਬਣੀ ਸੀ ਪੰਜਾਬ ਵਿੱਚ। ਉਸ ਕਮੇਟੀ ਦੀ ਰਿਪੋਰਟ ਜਿਹੜੀ ਆ, ਉਹ ਜਾਂਚ ਕਮੇਟੀ ਦੀ ਰਿਪੋਰਟ ਜਿਹੜੀ ਆ, ਸੀਲਬੰਦ ਲਿਫਾਫੇ ਦੇ ਵਿੱਚ ਮਾਨਯੋਗ ਸਾਡੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਪੈਂਡਿੰਗ ਪਈ ਆ। 1/2/2018 ਤੋਂ ਜਿਹੜੀ ਕਮੇਟੀ ਬਣੀ ਸੀ ਦੀ ਰਿਪੋਰਟ ਜਿਹੜੀ ਆ, ਸਾਡੀ ਮਾਨਯੋਗ ਹਾਈਕੋਰਟ ਦੇ ਵਿੱਚ ਪੈਂਡਿੰਗ ਪਈ ਆ। ਹਾਲੇ ਤੱਕ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਸਾਹਿਬ ਨੇ, ਸਾਡੇ ਪੰਜਾਬ ਦੇ ਹੋਮ ਮਿਨਿਸਟਰ ਕੈਪਟਨ ਸਾਹਿਬ ਨੇ, ਸਾਡੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਜੀ ਨੇ ਇੱਕ ਵੀ ਐਫਰਟ ਨਹੀਂ ਕੀਤਾ, ਇੱਕ ਵੀ ਯਤਨ ਨਹੀਂ ਕੀਤਾ ਕਿ ਉਸ ਰਿਪੋਰਟ ਨੂੰ ਬਾਹਰ ਕਢਾਉਣ। ਉਸ ਰਿਪੋਰਟ ਦੇ ਵਿੱਚ ਦਰਜ ਜਿਹੜੇ ਦੋਸ਼ੀ ਨੇ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਤਬਾਹ ਕੀਤੀ ਆ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਜਿਹੜਾ ਕੁਰਾਹੇ ਪਾਇਆ ਗਾ, ਜਿਨ੍ਹਾਂ ਨੇ ਪੰਜਾਬ ਦਾ ਸਰਮਾਇਆ ਲੁੱਟਿਆ ਗਾ, ਜਿਨ੍ਹਾਂ ਨੇ ਸਾਡੀ ਜਵਾਨੀ ਨੂੰ ਤਬਾਹ ਕੀਤਾ ਗਾ ਕਿ ਉਹ ਜੇਲ੍ਹਾਂ ਦੇ ਪਿੱਛੇ ਜਾ ਸਕਣ, ਉਹ ਸਲਾਖਾਂ ਦੇ ਪਿੱਛੇ ਜਾ ਸਕਣ। ਇਹ 1/2/1918 ਦੀ ਰਿਪੋਰਟ ਜਿਹੜੀ ਆ, ਉਹ ਹਾਈਕੋਰਟ ਦੇ ਵਿੱਚ ਪੈਂਡਿੰਗ ਪਈ ਆ, ਕੋਈ ਵੀ ਯਤਨ ਨਹੀਂ ਕੀਤਾ ਗਿਆ। ਜਦੋਂ ਤੱਕ ਮੈਨੂੰ ਪੂਰਨ ਆਸ ਆ ਕਿ ਜਦੋਂ ਤੱਕ ਮੌਜੂਦਾ ਐਡਵੋਕੇਟ ਜਨਰਲ ਅਤੁਲ ਨੰਦਾ ਇਸ ਕੁਰਸੀ 'ਤੇ ਬੈਠਾ ਗਾ, ਐਡਵੋਕੇਟ ਜਨਰਲ ਦੀ ਕੁਰਸੀ 'ਤੇ ਬੈਠਾ ਗਾ, ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਕੋਈ ਇਨਸਾਫ਼ ਦੀ ਆਸ ਨਹੀਂ, ਕਿਉਂਕਿ ਲਗਾਤਾਰ ਡਿਲੇਅ ਕੀਤੀ ਜਾ ਰਹੀ ਆ। ਲਗਾਤਾਰ ਉਸ ਰਿਪੋਰਟ ਨੂੰ ਓਪਨ ਕਰਵਾਉਣ ਤੋਂ, ਲਗਾਤਾਰ ਉਸ ਰਿਪੋਰਟ ਨੂੰ ਲੋਕਾਂ ਦੇ ਸਾਹਮਣੇ ਜਨਤਕ ਕਰਨ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਭੱਜ ਰਹੀ ਆ। ਲਗਾਤਾਰ ਕੈਪਟਨ ਸਾਹਿਬ ਉਹਨਾਂ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕਰ ਰਹੇ ਨੇਗੇ, ਜਿਹੜੇ ਦੋਸ਼ੀ ਉਸ ਰਿਪੋਰਟ ਦੇ ਵਿੱਚ ਜਿਨ੍ਹਾਂ ਦੇ ਨਾਂ ਦਰਜ ਆਉਂਦੇ ਨੇਗੇ, ਵੱਡੀਆਂ ਵੱਡੀਆਂ ਮਗਰਮੱਛੀਆਂ, ਵੱਡੇ ਵੱਡੇ ਮਗਰਮੱਛ ਜਿਹੜੇ ਹੈਗੇ ਨੇ, ਉਹਨਾਂ ਦੇ ਨਾਂ ਉਸ ਰਿਪੋਰਟ ਦੇ ਵਿੱਚ ਨੇਗੇ, ਕਿਉਂਕਿ ਅਧਿਕਾਰੀਆਂ ਨੇ ਦੱਸਤਾ ਕਿ ਆ ਨਾਂ ਸਾਹਮਣੇ, ਤੁਸੀਂ ਇਹਨੂੰ ਲੁਕੋ ਕੇ ਰੱਖੋ, ਤਾਂ ਕਿ ਇਹ ਇਲੈਕਸ਼ਨ ਤੋਂ ਬਾਅਦ ਜਦੋਂ 2022 ਦੀ ਇਲੈਕਸ਼ਨ ਆ ਗਈ, ਉਦੋਂ ਤੱਕ ਇਹਨਾਂ ਦੋਸ਼ੀਆਂ ਨੂੰ ਬਚਾ ਕੇ ਰੱਖਿਆ ਜਾਵੇ। 2017 ਦੇ ਵਿੱਚ ਇਹ ਮਾਮਲਾ ਉੱਠਿਆ ਸੀਗਾ, ਪਰ ਲੇਕਿਨ ਰਿਪੋਰਟ ਜਿਹੜੀ ਆ ਬੰਦ ਆ। ਸਾਡੀ ਮੰਗ ਆ ਨਵਜੋਤ ਸਿੰਘ ਸਿੱਧੂ ਜੀ ਨੂੰ, ਉਹਨਾਂ ਨੂੰ ਬੇਨਤੀ ਆ, ਮੰਗ ਆ ਕਿ ਹੁਣ ਤੁਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ, ਤੁਹਾਡਾ ਇੱਕ ਇੱਕ ਦਿਨ ਜਿਹੜਾ ਲੋਕ ਦੇਖ ਰਹੇ ਨੇਗੇ, ਤੁਹਾਡੇ ਦਿਨਾਂ ਬਾਰੇ ਗਿਣਤੀ ਕੀਤੀ ਜਾ ਰਹੀ ਆ ਕਿ ਤੁਸੀਂ ਕੀ ਕੰਮ ਕਰ ਰਹੇ ਹੋਗੇ, ਕਿਉਂਕਿ ਹੁਣ ਤੁਸੀਂ ਕੈਪਟਨ ਸਾਹਿਬ ਤੋਂ ਵੀ ਉੱਪਰ ਹੋ, ਹੁਣ ਤੁਸੀਂ ਮੰਤਰੀਆਂ ਤੋਂ ਵੀ ਉੱਪਰ ਹੋ, ਹੁਣ ਤੁਹਾਡੀ ਡਿਊਟੀ ਬਣਦੀ ਆ ਕਿ ਤੁਸੀਂ ਪੰਜਾਬ ਸਰਕਾਰ ਨੂੰ ਕੰਪੈਲ ਕਰੋ, ਪੰਜਾਬ ਸਰਕਾਰ ਵੱਲ ਆਰਡਰ ਪਾਸ ਕਰੋ ਕਿ ਤੁਰੰਤ ਜਿਹੜੀ ਉਹ ਰਿਪੋਰਟ ਆ ਉਹ ਜਨਤਕ ਕੀਤੀ ਜਾਵੇ, ਔਰ ਹਾਈਕੋਰਟ ਦੇ ਵਿੱਚ ਸਪੈਸ਼ਲ ਲੀਵ ਪਟੀਸ਼ਨ ਪਾ ਕੇ ਇਹਨੂੰ ਓਪਨ ਕਰਵਾਇਆ ਜਾਵੇ, ਔਰ ਤੁਰੰਤ ਜਿਹੜਾ ਪੰਜਾਬ ਦਾ ਐਡਵੋਕੇਟ ਜਨਰਲ ਜਿਹੜਾ ਲੰਬੇ ਅਰਸੇ ਤੋਂ ਉਸ ਰਿਪੋਰਟ ਨੂੰ ਲੁਕੋ ਰਿਹਾ ਗਾ, ਜਿਹੜਾ ਉਸ ਰਿਪੋਰਟ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ, ਉਹਨੂੰ ਤੁਰੰਤ ਬਰਖਾਸਤ ਕੀਤਾ ਜਾਵੇ, ਉਹਨੂੰ ਡਿਸਮਿਸ ਕੀਤਾ ਜਾਵੇ, ਉਹਦੀ ਜਿਹੜੀ ਆ ਇਸ ਪਟੀਸ਼ਨ ਜਿਹੜੀ ਇਹਦਾ ਅਹੁਦਾ ਗਾ ਉਹ ਤੋਂ ਵਾਪਸ ਲਿਆ ਜਾਵੇ, ਕਿਉਂਕਿ ਉਹ ਲਗਾਤਾਰ ਜਿੰਨੇ ਵੀ ਕੇਸ ਪੰਜਾਬ ਵਿੱਚ ਹੋਏ ਨੇਗੇ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੇਸ ਆ ਜਾਂ ਹੋਰ ਕੇਸ ਨੇਗੇ, ਪੰਜਾਬ ਦਾ ਐਡਵੋਕੇਟ ਜਨਰਲ ਲਗਾਤਾਰ ਉਹ ਸਾਰੇ ਕੇਸ ਹਾਈਕੋਰਟ ਦੇ ਵਿੱਚ ਇੰਟੈਂਸ਼ਨਲੀ ਡੈਲੀਵਰੇਟਲੀ ਜਿਹੜਾ ਹੈਗਾ ਉਹ ਲੂਜ਼ ਕਰ ਰਿਹਾ। ਉੱਥੇ ਪੁਖਤਾ ਆਰਗੂਮੈਂਟ, ਉੱਥੇ ਐਡਵਾਂਸ ਜਿਹੜਾ ਆਰਗੂਮੈਂਟ, ਜਿਹੜਾ ਉੱਥੇ ਬਹਿਸ ਹੋਣੀ ਆ, ਉਹਦੇ ਤੋਂ ਕਦੇ ਬਿਮਾਰ ਹੋ ਕੇ ਭੱਜ ਜਾਂਦਾ, ਕਦੇ ਆਪਣੇ ਜੂਨੀਅਰਾਂ ਨੂੰ ਭੇਜ ਦਿੰਦਾ ਗਾ, ਕਦੇ ਉਹਨਾਂ 'ਚ ਐਡਜਰਨਮੈਂਟ ਲੈ ਜਾਂਦੀਆਂ ਨੇਗੀਆਂ, ਕਦੇ ਪੇਸ਼ੀਆਂ ਲਈਆਂ ਜਾਂਦੀਆਂ ਨੇਗੀਆਂ, ਤਾਂ ਕਿ ਦੋਸ਼ੀਆਂ ਨੂੰ ਬਚਾਇਆ ਜਾਵੇ। ਸੋ ਨਵਜੋਤ ਸਿੰਘ ਸਿੱਧੂ ਜੀ ਨੂੰ ਬੇਨਤੀ ਆ ਕਿ ਹੁਣ ਤੁਸੀਂ ਇਹ ਗੱਲਾਂ ਨਾ ਕਰੋ ਕਿ ਆਹ ਕੰਮ ਕਹਿੰਦਾ ਆਹ ਕੰਮ ਰਹਿੰਦਾ ਗਾ, ਹੁਣ ਤੁਸੀਂ ਕੰਮ ਕਰਨ ਲੱਗੋ, ਹੁਣ ਤੁਸੀਂ ਸਭ ਤੋਂ ਪਹਿਲਾਂ ਇਹ ਰਿਪੋਰਟ ਜਿਹੜੀ ਆ ਉਹ ਜਨਤਕ ਕਰਵਾਓ, ਹਾਈਕੋਰਟ ਦੇ ਵਿੱਚ ਪਟੀਸ਼ਨ ਪਾਓ, ਇਸ ਐਡਵੋਕੇਟ ਜਨਰਲ ਨੂੰ ਤੁਰੰਤ ਜਿਹੜਾ ਬਰਖਾਸਤ ਕਰੋ, ਕਿਉਂਕਿ ਇਹਦੇ ਹੱਥ ਜਿਹੜੇ ਨੇਗੇ ਉਹ ਡਰੱਗ ਮਾਫੀਆ ਨਾਲ ਰੰਗੇ ਹੋਏ ਨੇਗੇ। ਇਸ ਐਡਵੋਕੇਟ ਜਨਰਲ ਜਿਹੜਾ ਹੈਗਾ ਇਹਦੇ ਸੰਬੰਧ ਮੈਂ ਸਮਝਦਾ ਉਹਨਾਂ ਲੋਕਾਂ ਨਾਲ ਨੇ ਜਿਹੜੇ ਉਸ ਮਾਫੀਆ ਚਲਾਉਂਦੇ ਸੀ, ਤਾਂ ਹੀ ਜਿਹੜੀ ਆ ਰਿਪੋਰਟ ਓਪਨ ਨਹੀਂ ਹੋ ਰਹੀ, ਤਾਂ ਹੀ ਜਿਹੜੀ ਰਿਪੋਰਟ ਦੇ ਲਈ ਹਾਈਕੋਰਟ ਦੇ ਵਿੱਚ ਕੋਈ ਚਾਰਾਜੋਈ ਨਹੀਂ ਹੋ ਰਹੀ, ਤਾਂ ਹੀ ਕੋਈ ਪਟੀਸ਼ਨ ਨਹੀਂ ਫਾਈਲ ਕੀਤੀ ਜਾ ਰਹੀ। ਸੋ ਨਵਜੋਤ ਸਿੰਘ ਸਿੱਧੂ ਜੀ, ਹੁਣ ਤੁਸੀਂ ਜਿਹੜਾ ਹੈਗਾ ਤੁਰੰਤ ਉਹ ਰਿਪੋਰਟ ਨੂੰ ਜਨਤਕ ਕਰਵਾ ਕੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰੋ, ਔਰ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਤੁਰੰਤ ਡਿਸਮਿਸ ਕਰੋ। ਹੁਣ ਇਸ ਤੋਂ ਬਾਅਦ ਜੇ ਕੋਈ ਤੁਹਾਡਾ ਕੁਐਸਚਨ ਆ ਉਹ ਪੁੱਛ ਲਓ, ਫਿਰ ਅਸੀਂ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਜਨਰਲ ਸੈਕਟਰੀ ਹਰਚੰਦ ਬਰਸਟ ਜੀ, ਸਾਡੇ SC ST ਵਿੰਗ ਦੇ ਪ੍ਰਧਾਨ ਲਾਲਚੰਦ ਕਟਾਰੂ ਚੱਕ ਜੀ, ਬਹੁਤ ਸਾਰੀਆਂ ਜੁਆਇਨਿੰਗ, ਬਹੁਤ ਸਾਰੇ ਨਵੇਂ ਲੋਕ ਹਲਕਾ ਭੋਆ ਦੇ, ਹਲਕਾ ਪਟਿਆਲਾ ਦੇ, ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਸ਼ਾਮਲ ਹੋ ਰਹੇ ਨੇਗੇ, ਉਹਨਾਂ ਨੂੰ ਸ਼ਾਮਲ ਕਰਵਾਉਣਗੇ। ਦੇਖੋ ਲਗਾਤਾਰ
सुनील जाखड़ जी लगातार साढ़े चार साल सुनील जाखड़ जी इसे सत्ता का आनंद माणते रहे, इन्हां मंत्रियों संतरियों के बैठते रहे, इन्हां ही ब्यूरोक्रेटा के बैठते रहे, इन्हां ही ब्यूरोक्रेटा के राही तुसी जाके बोर देख लो, हज़ारा ही परचे लोगों के कराते, सारा बोहर पटिया पाया, सारा बोहर तरह तरह करता, यह सारी अफसरशाही मिलया हो जो सुनील जाखड़ जी आज जो लगता इन्हों के सरकार जा रही आ हूँ जी अपनी जिम्मेवारी बनती सी जिहड़ा काम कांग्रेस पार्टी के मुख्यमंत्री ने करना सी मंत्रियों ने करना सी वह हुण कह रहे हैं कि अफसरशाही ने करना सीगा अफसरशाही ने गलत करता यह सारा कुछ इन्हों पता सीगा हुण अपनी जिम्मेवारी तो भज के इधर उधर दी स्टेटमेंट दे रहे हैं। सिद्धू की कर सकते देखो इस काटो कलेश ने जिहड़ा कांग्रेस पार्टी तो लंबे अरसे चले आ रहा है उस काटो कलेश ने पंजाब का बहुत बड़ा नुकसान किया। पिछले लंबे अरसे तो इस तरह लग रहा है कि पंजाब सरकार नां दी कोई चीज है नहीं, सिर्फ अपनियां कुर्सियां अपने अहुदे अपनियां मिनिस्टरियां बचाउण दे चक्कर दे विच लगातार लोग संघर्ष कर रहे हैं कि कोई किसी नीमा दिखा रहा कोई किसी उच्चा दिखा रहा ये मैं समझता पंजाब का बहुत बड़ा नुकसान हो रहा है। सो ये तुरंत नवजोत सिंह सिद्धू नू तुरंत कैप्टन साहब माफ़ी मंगनी चाहिए आ और दूजी रही गल काम करन दी सब तो पहला नवजोत सिंह सिद्धू नू एसटीएफ की रिपोर्ट जी ये ओपन करवानी चाहिए आ और आने वाले समय के जोड़ा है असं होर भी दसागे की करना चाहिए पर अज साडी मंग है कि तुरंत जी एसटीएफ की रिपोर्ट आ वो जनतक हो और जोड़े दोषी ने उन्होंने खिलाफ़ कार्रवाई हो और जो तुलंदा गा यदि तुरंत बर्खास्ती की हो जिन्हें पंजाब के सारे केसों का सत्यानाश किया गया। देखो साढ़े चार साल पंजाब दे विच कैप्टन साहब ने कोई काम नहीं किया, कांग्रेस पार्टी ने कोई काम नहीं किया, सवाए करप्शन दे हरेक मंत्री दे हाथ जिहड़े नेगे ओह करप्शन च रंगे हुए नेगे, शराब माफिया उसे तरह काम कर रहा, रेत माफिया उसे तरह काम कर रहा, लैंड माफिया उसे तरह काम कर रहा, सैंड माफिया उसे तरह काम कर रहा, बिजली माफिया उसे तरह काम कर रहा, ट्रांसपोर्ट माफिया उसे तरह काम कर रहा, टायल माफिया उसे तरह काम कर रहा, मैं दस रहा कि काम कर रहे ने जिम्मेवारी बनती सी सरकार तो पहला गुटका साहब की सौं खाधी सी कैप्टन साहब ने कि मैं आने साल सारा कुछ खत्म कर दूंगा नशे खत्म कर दूंगा। अज साढ़े चार साल बाद एक व्यक्ति विशेष नूं बदलता एक व्यक्ति बदल के एक नवे कपड़े पा के एक नवा चेहरा लिया के कि कैप्टन साहब या कांग्रेस पार्टी की पंजाब के लोगों दोबारा ठगना चाहते हैं कि पंजाब के लोगों दोबारा ठगी मारना चाहते हैं। यह गल स्पष्ट है कि साढ़े चार साल कुछ किया नहीं ता ही प्रधान बदलना पिया और ता ही प्रधान ने बनते सारी कहा कि साड़ी सरकार फेल हुई आ, ये तो एडमिशन आ गई, ये तो उन्होंने मान लिया कि असी पंजाब कुछ नहीं किया साढ़े चार साल कुछ नहीं किया ही प्रधान बदलना पिया। सो हुण 6 महीने च की कर देंगे ता ही असं चैलेंज करते हैं कि सब तो पहला एसटीएफ की रिपोर्ट ओपन करवाओ तुरंत सब तो पहला जो है एडवोकेट जनरल वो तो बर्खास्त करो। ये गल्ला जाखड़ भी करता सी ना ये गल्ला नवजोत सिंह भी करता सी हुण इधर उधर दी गल्लां मार के छक्के चौके मारन दी गल्लां छड्ड देनी चाहीदियां ने गियां हुण वो प्रधान ने गे हुण जो हत्थां ते थुक ला के ना मूँह ते फेरी अंदर छड के हुण उहदा बिहेव एक मैन एक जो है अच्छा पॉलिटिशियन काम करना चाहिए ना कि हैंकड़बाजी छड़नी चाहिए है।